ਜੈਤੋ ਦੇ ਨਾਲ ਲੱਗਦੇ ਪਿੰਡ ਰਾਮੇਆਣਾ ਦੀ ਇੱਕ 17 ਸਾਲ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸਦੇ ਪਿਤਾ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੇ 4 ਬੇਟੀਆਂ ਹਨ ਜੋ ਕਿ ਮੇਰੀ ਬੇਟੀ ਜੋਤੀ ਕੌਰ 10ਵੀਂ ਜਮਾਤ 'ਚ ਪੜ੍ਹਦੀ ਸੀ। ਪਿੰਡ ਦਾ ਮਨਤਾਰ ਸਿੰਘ ਪੁੱਤਰ ਸਰਬਜੀਤ ਸਿੰਘ ਨੇ ਆਪਣੇ ਨਾਲ ਫੋਟੋ ਕਰਵਾ ਕੇ ਵਟਸਐਪ 'ਤੇ ਪਾ ਦਿੱਤੀ ਅਤੇ ਲੜਕੀ ਨੇ ਬਦਨਾਮੀ ਅਤੇ ਡਰ ਤੋਂ ਇਹ ਸਦਮਾ ਨਾ ਸਹਾਰਦੀ ਹੋਈ ਘਰ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮੇਰੀ ਬੇਟੀ ਨੇ ਆਪਣੇ ਆਪ ਫਾਹਾ ਲੈ ਲਿਆ। ਉਹਨਾਂ ਦੀਆਂ ਵਟਸਐਪ 'ਤੇ ਫੋਟੋ ਪਾਈਆਂ ਗਈਆਂ। ਮਨਤਾਰ ਸਿੰਘ ਸਨਪ ਸਰਬਜੀਤ ਸਿੰਘ ਜੋ ਉਹਨਾਂ ਦੇ ਸਾਥੀ ਹੋਰ ਵੀ ਹੈ, ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ। ਫਿਰ ਹੀ ਮੈਂ ਇਨਸਾਫ ਇਹੀ ਚਾਹੁੰਦਾ ਹਾਂ ਕਿ ਮੇਰੀ ਬੇਟੀ ਬੇਟੀ ਨਹੀਂ ਸੀ, ਮੇਰੇ ਬੇਟੇ ਵਰਗੀ ਸੀ। ਜੋਤੀ ਕੌਰ ਜੋਤੀ ਸਿੰਘ ਸੀ ਜੀ, ਮੈਨੂੰ ਮੇਰੇ ਬੇਟੀਆਂ ਹੀ ਆਏ ਜੀ 4, ਉਹ ਸਭ ਤੋਂ ਵੱਡੀ ਸੀ। ਦੂਜੇ ਪਾਸੇ ਪੁਲਿਸ ਨੇ ਕਥਿਤ ਦੋਸ਼ੀ ਮਨਤਾਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਰਾਮੇਆਣਾ ਦੇ ਵਿਰੁੱਧ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਵਿੱਚ ਜੁਟ ਗਈ। ਇਹ ਲੜਕੀ ਜੋਤੀ ਕੌਰ ਡਾਟਰ ਆਫ ਕੁਲਵਿੰਦਰ ਸਿੰਘ ਨੇ ਸੁਸਾਈਡ ਕੀਤਾ। ਕੁਲਵਿੰਦਰ ਸਿੰਘ ਦੇ ਬਿਆਨ 'ਤੇ ਅਸੀਂ ਮੁਕੱਦਮਾ ਦਰਜ ਕਰਕੇ 306 IPC ਦਾ ਤਫਤੀਸ਼ ਜਾਰੀ ਹੈ। ਤੁਸੀਂ ਨੂੰ ਛੇਤੀ ਛੇਤੀ ਗ੍ਰਿਫਤਾਰ ਕਰ ਲਿਆ ਜਾਏਗਾ। ਜੈਤੋ ਤੋਂ ਆਜ਼ਾਦ TV ਨਿਊਜ਼ ਲਈ ਵਿਪਿਨ ਗੋਇਲ ਦੀ ਰਿਪੋਰਟ।